अज नंगल तो दिल्ली एयरपोर्ट नूं साडी वोल्वो बस चलूगी जिहड़ी कि बड़े लंबे समय तो नंगल वालियां दी मंग सी। साडे आ हरजोत बैंस सिक्ख्या मंत्री पंजाब जी ने उद्यम करके नंगल वासियां दी रोपड़ वासियां दी जिहड़ी मंग पूरी कीती आ अज हरी झंडी देण जा रहे हां। जिहड़ी सहूलत श्री अरविंद केजरीवाल सरदार भगवंत सिंह मान जी ने पिछले समय च कुछ महीनों तो पंजाब दे विच बसां चला के दित्ती आ लोग उस सहूलत का आनंद भी माण रहे ते लोकां दी जेब भी बच रही आ क्योंकि दूजियां जिहड़ियां प्राइवेट बसां वाले तीन गुणा वध पैसे वसूलदे सन अज उहनां दी भी जिहड़ी टिकट दी फीस आ उह घट के अध तों थल्ले आ गई आ। ते नाल पंजाब दी जिहड़ी सरकारी बस आ उह 850 तो लैके 1250 रुपये तक पंजाब दे लोकां नूं दिल्ली एयरपोर्ट ते लैके जा रही है। देखो आम आदमी पार्टी दी सरकार आई सरदार भगवंत सिंह मान जी दी अगवाई दे विच ਜਿੰਨੇ ਵੀ ਕੰਮ ਹੋ ਰਹੇ ਆ ਉਹ ਸਾਰੇ ਲੋਕ ਹਿੱਤ ਦੇ ਵਿੱਚ ਹੋ ਰਹੇ ਆ। ਪਹਿਲੀਆਂ ਸਰਕਾਰਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਇਹਨਾਂ ਬੱਸਾਂ ਨੂੰ ਚਲਾਉਂਦੀ, ਜੇ ਇਹ ਬੱਸਾਂ ਚੱਲਦੀਆਂ ਤਾਂ ਜਿਹੜੀ ਲੋਕਾਂ ਦੀ ਲੁੱਟ ਘਸੁੱਟ ਸੀ ਉਹ ਬਿਲਕੁਲ ਪਹਿਲਾਂ ਹੀ ਬੰਦ ਹੋ ਜਾਣੀ ਸੀ। ਅਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਆਮ ਲੋਕਾਂ ਦੀ ਸਰਕਾਰ ਆਈ ਆ, ਲੋਕ ਹਿੱਕ ਠੋਕ ਕੇ ਕਹਿ ਰਹੇ ਆ ਕਿ ਵਾਕਈ ਅਸੀਂ ਜੇ ਵੋਟ ਪਾਈ ਆ ਤਾਂ ਸਾਨੂੰ ਉਹਦਾ ਮੁਆਵਜ਼ਾ ਉਹਦਾ ਮਾਨ ਸਤਿਕਾਰ ਮਿਲ ਰਿਹਾ। ਦੀਆਂ ਹਰੇਕ ਜ਼ਿਲ੍ਹੇ ਤੋਂ ਹੀ ਜਿੱਥੋਂ ਜ਼ਿਆਦਾ ਜ਼ਰੂਰਤ ਆ ਉਹਨਾਂ ਜ਼ਿਲ੍ਹਿਆਂ 'ਚੋਂ ਦੋ ਦੋ ਬੱਸਾਂ ਵੀ ਚੱਲ ਰਹੀਆਂ, ਲੇਕਿਨ ਜੇ ਗੱਲ ਕਰੀਏ ਹਰੇਕ ਜ਼ਿਲ੍ਹੇ ਦੀ ਹਰੇਕ ਜ਼ਿਲ੍ਹੇ ਤੋਂ ਦਿੱਲੀ ਏਅਰਪੋਰਟ ਨੂੰ ਚੱਲਦੀਆਂ ਪਈਆਂ। ਆਉਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਬੱਸਾਂ ਵੀ ਪਾਈਆਂ ਜਾਣ ਕਿਉਂਕਿ ਡਿਮਾਂਡ ਜਿਹੜੀ ਆ ਉਹ ਦਿੱਲੀ ਏਅਰਪੋਰਟ 'ਤੇ ਸਵਾਰੀਆਂ ਦੀ ਵੱਧ ਆ। ਜਦੋਂ ਆ ਸਿਆਲ ਦਾ ਸੀਜ਼ਨ ਹੁੰਦਾ, ਵਿਆਹ ਸ਼ਾਦੀਆਂ ਦੇ ਦਿਨ ਹੁੰਦੇ ਆ, ਉਦੋਂ ਆਪਾਂ ਵੇਖਦੇ ਹਾਂ ਕਿ ਬਾਹਰੋਂ NRI ਭੈਣਾਂ ਭਰਾ ਬਹੁਤ ਆਉਂਦੇ ਆ, ਉਦੋਂ ਥੋੜ੍ਹਾ ਜ਼ਿਆਦਾ ਵੱਧ ਜ਼ਰੂਰਤ ਪੈਂਦੀ ਆ। ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਵੋਲਵੋ ਬੱਸਾਂ